ਸਤਿ ਸ਼੍ਰੀ ਅਕਾਲ ਦੋਸਤੋ, ਆਇਲਸ ਪਲਾਜ਼ਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਗੱਲ ਕੈਨੇਡਾ ਤੋਂ ਆਈਆਂ ਅਪਡੇਟਾਂ ਦੀ ਕਰਾਂਗੇ। ਕੈਨੇਡਾ PR ਦੀ ਗੱਲ ਅਤੇ PR ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ। PR ਜਿਵੇਂ ਕਿ ਲੈਣੀ ਕੈਨੇਡਾ ਵਿੱਚ ਮੁਸ਼ਕਿਲ ਹੁੰਦੀ ਜਾ ਰਹੀ ਹੈ, ਪਰ ਹਜੇ ਵੀ ਜਿਹੜੇ ਕਿ ਕੈਨੇਡਾ ਦੀ ਸਰਕਾਰ ਦੇ ਵੱਲੋਂ PR ਬਹੁਤ ਗਿਣਤੀ ਵਿੱਚ ਦਿੱਤੀਆਂ ਜਾ ਰਹੀਆਂ ਹਨ, ਤਾਂ ਰਾਹ ਕੀ ਨੇ ਵੀ ਕੈਨੇਡਾ ਦੀ PR ਲੈਣ ਦੇ, ਤਾਂ ਉਹਨਾਂ ਵਿੱਚੋਂ ਇੱਕ ਰਾਹ ਜੋ ਕਿ ਬਹੁਤ ਸੌਖਾ ਤੁਹਾਨੂੰ PR ਦਵਾ ਸਕਦਾ, ਉਹਦੀ ਅੱਜ ਗੱਲ ਕਰਨ ਵਾਲੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ, ਚੈਨਲ ਦੇ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਅੱਗੇ ਚੱਲ ਕੇ ਜੋ ਵੀ ਅਪਡੇਟ ਇਮੀਗ੍ਰੇਸ਼ਨ ਦੇ ਵੱਲੋਂ ਆਉਂਦੀ ਹੈ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਤਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਜੇ ਤੁਸੀਂ ਕੈਨੇਡਾ ਦੇ ਵਿੱਚ PR ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀ ਕਿ ਧਿਆਨ ਰੱਖਣਾ ਪਵੇਗਾ ਕੋਰਸ ਨੂੰ ਚੁਣਨ ਵੇਲੇ। ਜਦੋਂ ਤੁਸੀਂ ਇੰਡੀਆ ਵਿੱਚੋਂ ਆਪਣੀ ਯੂਨੀਵਰਸਿਟੀ ਕਾਲਜ ਚੂਜ਼ ਕਰਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਕੋਰਸ, ਆਪਣੀ ਸਟੱਡੀ ਹੈ, ਉਹ ਵੀ ਚੂਜ਼ ਕਰਦੇ ਹੋ। ਕੈਨੇਡਾ ਵਿੱਚ ਫਿਲਹਾਲ ਦੀ ਘੜੀ ਜਿਹੜਾ ਕਿ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ ਹੈਲਥ ਕੇਅਰ ਸੈਕਟਰ ਨੂੰ ਅਤੇ ਇੱਕ ਟ੍ਰੇਡ ਸੈਕਟਰ ਨੂੰ, ਤਾਂ ਤੁਹਾਨੂੰ ਚਾਹੀਦਾ ਵੀ ਜਿਹੜਾ ਕਿ ਤੁਹਾਡੀ ਸਟੱਡੀ ਹੈ ਉਹ ਹੈਲਥ ਕੇਅਰ ਅਤੇ ਟ੍ਰੇਡ ਸੈਕਟਰ ਦੇ ਨਾਲ ਰਿਲੇਟਡ ਹੋਵੇ। ਜੇ ਤੁਹਾਡਾ ਕੋਰਸ ਇਸ ਕੈਟਾਗਰੀ ਵਿੱਚ ਆਉਂਦਾ ਤਾਂ PR ਚਾਂਸਿਸ ਜ਼ਿਆਦਾ ਵੱਧ ਜਾਣਗੇ। ਹੁਣ ਹੈਲਥ ਕੇਅਰ ਕੋਰਸ ਤਾਂ ਆਪਾਂ ਨੂੰ ਪਤਾ ਹੀ ਨੇ, ਗੱਲ ਟ੍ਰੇਡ ਕੋਰਸ ਦੀ ਜਦੋਂ ਆਪਾਂ ਗੂਗਲ ਦੇ ਉੱਤੇ ਸਰਚ ਮਾਰਦੇ ਤਾਂ ਕਈ ਤਰੀਕੇ ਦੇ ਜਿਹੜੇ ਕੋਰਸ ਨੇ ਟ੍ਰੇਡ ਕੋਰਸ ਨਿਕਲ ਜਾਂਦੇ ਆ। ਕਾਰਪੇਂਟਰੀ ਆ ਜਾਂਦਾ, ਆਟੋਮੇਟਿਵ ਸਰਵਿਸ ਆ ਜਾਂਦਾ, ਇਲੈਕਟ੍ਰੀਕਲ ਦਾ ਕੋਰਸ ਵੀ ਟ੍ਰੇਡ ਕੋਰਸ ਵਿੱਚ ਮੰਨਿਆ ਜਾਂਦਾ, ਵੈਲਡਿੰਗ, ਹੇਅਰ ਸਟਾਈਲਿੰਗ, ਤਾਂ ਪੇਂਟਿੰਗ, ਤਾਂ ਡੈਕੋਰੇਟਿੰਗ, ਜਿਹੇ ਕੁਝ ਕੋਰਸਿਸ ਨੇ ਜੋ ਕਿ ਟ੍ਰੇਡ ਕੈਟਾਗਰੀ ਵਿੱਚ ਆਉਂਦੇ ਨੇ, ਅਤੇ ਇਹਨਾਂ ਦੇ ਨਾਲ ਜਿਹੜੇ ਕਿ ਤੁਹਾਡੇ ਚਾਂਸਿਸ ਨੇ ਉਹ PR ਦੇ ਕਾਫੀ ਜ਼ਿਆਦਾ ਵੱਧ ਜਾਣਗੇ। ਅਦਰਵਾਈਜ਼ ਜੇ ਤੁਸੀਂ ਬਹੁਤ ਹੀ ਸਿੰਪਲ ਜਿਹਾ ਕੋਰਸ ਲੈ ਕੇ ਜਾਂਦੇ ਹੋ, ਬਿਜ਼ਨਸ ਰਿਲੇਟਡ ਕੋਰਸ, ਤਾਂ ਉਹ ਕਾਫੀ ਕਹਿ ਸਕਦੇ ਹਾਂ ਦਿੱਕਤਾਂ ਪੇਸ਼ ਕਰ ਰਹੇ ਆ ਸਟੂਡੈਂਟਾਂ ਦੇ ਲਈ। ਬਾਕੀ ਤੁਹਾਨੂੰ ਹੋਰ ਵੀ ਸਰਚ ਕਰਨ ਦੀ ਜ਼ਰੂਰਤ ਹੈ, ਤੁਸੀਂ ਗੂਗਲ ਉੱਤੇ ਸਰਚ ਕਰ ਸਕਦੇ ਹੋ ਵੀ ਹੋਰ ਵਧੀਆ ਟ੍ਰੇਡ ਕੋਰਸ ਕਿਹੜੇ ਹੋ ਸਕਦੇ ਆ, ਹੈਲਥ ਕੇਅਰ ਦੇ ਰਿਲੇਟਡ ਅਫੋਰਡੇਬਲ ਕੋਰਸ ਤੁਸੀਂ ਕਿਹੜਾ ਲੈ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਜਿਹੜਾ ਕਿ PR ਦੇ ਚੰਗੇ ਅਵਸਰ ਤੁਹਾਡੇ ਲਈ ਕ੍ਰੀਏਟ ਹੋ ਸਕਣ। ਹੋਰ ਕੋਈ ਨਵੀਂ ਅਪਡੇਟ ਜਿੱਦਾਂ ਹੀ ਆਉਂਦੀ ਹੈ ਚੈਨਲ 'ਤੇ ਸ਼ੇਅਰ ਕਰਾਂਗੇ। ਧੰਨਵਾਦ ਜੀ ਸਾਰਿਆਂ।